ਹਾਂਜੀ ਤਾਂ ਵੀਰੋ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਵਧੀਆ ਹੋ? ਘੈਂਟ ਹੋ? ਫਰੈਸ਼ ਹੋ? ਅੱਜ ਤਾਂ ਜੀ ਰੋਜ਼ਾ ਖੀਰ ਕਰਾ ਗਿਆ, ਮੈਂ ਇੰਨਾ ਖੀਰ ਕਰਾ ਗਿਆ ਰੋਜ਼ਾ। ਅਸਰ ਦੀ ਨਮਾਜ਼ ਅਸੀਂ ਪੜ੍ਹ ਰਹੇ ਹਾਂ ਅਤੇ ਅੱਲਾ ਕੀਦਾ ਹੁਣ ਅਸੀਂ ਡੇਰੇ ਵੱਲ ਚੱਲੇ ਹਾਂ। ਉਸਤਾਦ ਦੀ ਧਾਰੀ ਪੂਰੇ ਰਾਜ਼ੀ ਨੇ, ਉਸਤਾਦ ਦੀ ਧਾਰੀ ਅੱਗੇ ਅੱਗੇ ਅਸੀਂ ਪਿੱਛੇ ਪਿੱਛੇ, ਮਾਜ਼ ਹਰੀ ਬੜੇ ਰਾਜ਼ੀ ਨੇ ਅਤੇ ਇਹ ਅੱਲਾ ਕੀਦਾ ਕੋਲ ਨੇਕਮਤ ਪੈ ਗਈ ਹੈ। ਅੱਲਾ ਕੀਦਾ ਸਾਡੀ ਸਰਖ ਜਿਹੜੀ ਉਹ ਬਣ ਗਈ ਹੈ। ਨਜ਼ਾਰਾ ਚੈੱਕ ਕਰੋ ਮਾਸ਼ਾਅੱਲਾ। ਸੁਫਿਆਨ ਆ ਗਿਆ ਅੱਲਾ ਕੀਦਾ ਭਾਅ ਜੀ ਬੇਬੀ ਮਾਜ਼ ਨੂੰ ਸਤਾਨ, ਅਤੇ ਬੇਬੀ ਮਾਜ਼ ਇਹਦੇ ਲਈ ਵੇਖ ਕੇ ਮੱਚਦਾ। ਚੈੱਕ ਕਰੋ, ਉਸਤਾਦ ਦਿੱਤਾ ਅੱਗੇ ਅੱਗੇ ਅਤੇ ਅਸੀਂ ਉਸਤਾਦ ਜੀ ਉਸਤਾਦ ਦੇ ਪਿੱਛੇ ਪਿੱਛੇ, ਉਸਤਾਦ ਦਿੱਤਾ ਅੱਗੇ ਅੱਗੇ ਅਤੇ ਅਸੀਂ ਉਸਦੇ ਪਿੱਛੇ ਪਿੱਛੇ, ਇਹ ਜਨਾਬ ਹਰੀ ਅੱਗੇ ਅੱਗੇ ਨੱਸਦਿਆਂ ਨੱਸਦਿਆਂ ਅਤੇ ਅਸੀਂ ਫਿਰ ਇਹਦੇ ਪਿੱਛੇ ਪਿੱਛੇ। ਉਸਤਾਦ ਜੀ ਆਉਂਦਿਆਂ ਸਾਰੇ ਬੇਬੀ ਮਾਜ਼ ਦਾ ਤਖਤ ਵਿਛਾਇਆ, ਬੇਬੀ ਮਾਜ਼ ਹਰੀ ਬਹਿ ਗਏ ਅਤੇ ਉਸ ਤੋਂ ਬਾਅਦ ਅਸੀਂ ਜਿਹੜਾ ਉਸਤਾਦ ਜੀ ਕੋਲ ਵੇਲੀ ਦੇ ਆਸੇ ਪਾਸੇ ਚਾਦੀ ਚੁੱਤੀ ਮਾਰੀਏ। ਅਤੇ ਇੱਥੇ ਉਸਤਾਦ ਦੀ ਧਾਰਾ ਨੂੰ ਆ ਗਿਆ ਵੀ ਸੇ ਮਾਜ਼ ਸਾਹਿਬ ਹੋਰਾਂ ਨੂੰ ਉਸਤਾਦ ਜੀ ਅਸੀਂ ਦਿੱਤੇ ਬਾਲ, ਮਾਜ਼ ਹੋਰਾਂ ਬਾਲ ਕਰਾਈ, ਅਸਾਂ ਲਾ ਧਰੀ ਸ਼ਾਰਟ ਉਸਤਾਦ ਜੀ। ਅਤੇ ਉਸ ਤੋਂ ਬਾਅਦ ਇੱਥੇ ਉਸਤਾਦ ਦੇ ਧਾਰੇ ਜਿਹੜੇ ਨੇ ਉਹ ਪੁਦੀਨਾ ਚੁਦੀਨਾ ਖੋ ਰਹੇ ਨੇ, ਝੰਡਾ ਖੀਰ ਕਿਸਮ ਦਾ ਲਹਿਰਾਣ ਡਿਆ। ਅਤੇ ਇਸ ਪਾਸੇ ਚੈੱਕ ਕਰੋ ਭਾਅ ਜੀ, ਸਾਡਾ ਅਮਰੂਦ ਜਿਹੜਾ ਉਹ ਸੁੱਕ ਗਿਆ ਵੇ, ਅਤੇ ਇੱਥੇ ਮੈਨੂੰ ਲੱਗਦਾ ਕੈਦ ਕਿ ਹੁਣ ਅਮਰੂਦ ਨਹੀਂ ਲੱਗਣੇ ਹੈ, ਅਤੇ ਇਸ ਪਾਸੇ ਨਹੀਂ ਲੱਗਣੇ, ਅਤੇ ਇੱਥੇ ਹੋ ਸਕਦਾ ਲੱਗਣ। ਉਸਤਾਦ ਦੀ ਧਾਰੀ ਜਿਹੜੇ ਨੇ ਉਸਤਾਦ ਜੀ ਬਾਲ ਬਾਹਰ ਸੁੱਟਣ ਲੱਗੇ ਨੇ, ਅਤੇ ਨਵੇਂ ਬਾਲ ਹੋਰ ਆ ਗਏ। ਮਾਜ਼ ਹਰੀ ਬੜੇ ਰਾਜ਼ੀ ਹੋਏ ਨੇ, ਕੁਬਾਲ ਸ਼ਾਹ ਫਾਰਿਕ ਹੁਣ ਫਿਰ ਬਾਲ ਕਰਾਉਣਗੇ। ਮਾਝਲ ਨੂੰ ਵੇਖ ਕੇ ਇਤਾਰੀ ਬੜੇ ਉਸਤਾਦ ਜੀ ਹੋਏ ਰਾਜ਼ੀ। ਉਹ ਇਸ ਥਾਂ 'ਤੇ ਅਸੀਂ ਜਿਹੜੇ ਨੇ ਉਹ ਬੜਾ ਹੀ ਥੱਕ ਧੁੱਕੜ ਗਏ ਹਾਂ, ਅਤੇ ਅਸੀਂ ਜ਼ਰਾ ਪੇਟ ਟੁਰ ਕੇ ਆਪਣਾ ਪਸੀਨਾ ਪਸੂਨਾ ਪੂੰਝਿਆ, ਰੋਜ਼ਾ ਖੀਰ ਕਰਾਉਣ ਡਿਆ ਉਸਤਾਦ ਜੀ ਅਲਹਮਦੁਲਿਲਾ। ਪਰ ਹਾਲ ਫਿਰ ਵੀ ਅਲਹਮਦੁਲਿਲਾ ਬੜਾ ਹੀ ਬਿਹਤਰ ਰੋਜ਼ਾ ਲੰਘਿਆ। ਲਓ ਜੀ ਮਿੱਤਰੋ, ਅੱਜ ਦਾ ਵਲਾਗ ਅਸੀਂ ਇੱਥੇ ਐਂਡ ਕਰਨੇ ਹਾਂ। ਵਲਾਗ ਨੂੰ ਅੱਗੇ ਸ਼ੇਅਰ ਕਰਿਓ, ਸਬਸਕ੍ਰਾਈਬ ਕਰੋ ਅਤੇ ਲਾਈਕ ਜ਼ਰੂਰ ਕਰਿਓ।